ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਗਿਆ ਪਹੁੰਚ ਗਏ ਜੋ ਹਿੰਦੂਆਂ ਅਤੇ ਬੋਧੀਆਂ ਦਾ ਕੇਂਦਰ ਸੀ ਜਿੱਥੇ ਇੱਕ ਰਵਾਇਤ ਅਨੁਸਾਰ ਮਹਾਤਮਾ ਗੌਤਮ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ ਬ੍ਰਾਹਮਣਾਂ ਨੇ ਬੋਧੀਆਂ ਦੇ ਮੁਕਾਬਲੇ ਇੱਕ ਪੱਕਾ ਥੜਾ ਬਣਾਇਆ ਹੋਇਆ ਸੀ ਜਿੱਥੇ ਬਹਿ ਕੇ ਉਹ ਦਾਅਵਾ ਕਰਦੇ ਸਨ ਕਿ ਉਹ ਹਿੰਦੂਆਂ ਦੇ ਪਿਤਰਾਂ ਦੀਆਂ ਸਤ ਕੁੱਲਾਂ ਨੂੰ ਮੁਕਤੀ ਦਿਵਾ ਸਕਦੇ ਹਨ ਉਹੋ ਇਹ ਵੀ ਆਖਦੇ ਸਨ ਕਿ ਉਹ ਇਹਨਾਂ ਦੇ ਪਿੱਤਰਾਂ ਨੂੰ ਖਾਣ ਵਾਲੇ ਵਧੀਆ ਪਦਾਰਥ ਵੀ ਭੇਜ ਸਕਦੇ ਹਨ ਦੀਵਿਆਂ ਨਾਲ ਉਹਨਾਂ ਦੇ ਰਾਹਾਂ ਨੂੰ ਰਸਨਾ ਸਕਦੇ ਹਨ ਇਹੋ ਜਿਹੀਆਂ ਝੁੱਟੀਆਂ ਗੱਲਾਂ ਵਿੱਚ ਉਹ ਲੋਕਾਂ ਨੂੰ ਉਲਝਾ ਕੇ ਚੋਖਾ ਧਨ ਲੁੱਟਦੇ ਸਨ ਗੁਰੂ ਜੀ ਤੇ ਭਾਈ ਮਰਦਾਨਾ ਵੀ ਉੱਥੇ ਪਹੁੰਚ ਗਏ ਜਦ ਗੁਰੂ ਜੀ ਨੇ ਉਹਨਾਂ ਦੀਆਂ ਲੋਕਾਂ ਨੂੰ ਪਰਮਾਨ ਵਾਲੀਆਂ ਗੱਲਾਂ ਸੁਣੀਆਂ ਤਾਂ ਗੁਰੂ ਜੀ ਖਿੜਖਿੜ ਕੇ ਹੱਸਣ ਲੱਗੇ ਇਸ ਤਰ੍ਹਾਂ ਪਾਂਡੇ ਆਪਣਾ ਮਜ਼ਾਕ ਉਡਦਾ ਵੇਖ ਕੇ ਗੁਰੂ ਜੀ ਦਿਵਾਲੀ ਇਕੱਠੇ ਹੋ ਗਏ ਅਤੇ ਪੁੱਛਣ ਲੱਗੇ ਕਿ ਆਪ ਇਸ ਤਰ੍ਹਾਂ ਹੱਸ ਕੇ ਸਾਡੀ ਖਿੱਲੀ ਕਿਉਂ ਉਡਾ ਰਹੇ ਹੋ ਗੁਰੂ ਜੀ ਨੇ ਆਖਿਆ ਕਿ ਤੁਸੀਂ ਕਿਉਂ ਇੰਨੀਆਂ ਝੁੱਟੀਆਂ ਪਰ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਠੱਗ ਰਹੇ ਹੋ ਤੁਹਾਡੀਆਂ ਗੱਲਾਂ ਨੀਰੀਆਂ ਹਾਸੂ ਹੀਣੀਆਂ ਹੀ ਨਹੀਂ ਸਗੋਂ ਮੁਰਗਤਾ ਭਰੀਆਂ ਵੀ ਹਨ ਕਦੀ ਮਰੇ ਹੋਏ ਮਨੁੱਖ ਨੂੰ ਵੀ ਖਰਾਕ ਦੀ ਲੋੜ ਹੁੰਦੀ ਹੈ ਜਦੋਂ ਕੋਈ ਜੀਵ ਬਿਮਾਰ ਹੁੰਦਾ ਹੈ ਕਈ ਵਾਰ ਉਹ ਬਿਮਾਰੀ ਦੌਰਾਨ ਹੀ ਖਾਣਾ ਪੀਣਾ ਛੱਡ ਦਿੰਦਾ ਹੈ ਜਦ ਉਸ ਦੇ ਸਰੀਰ ਵਿੱਚੋਂ ਜਾਨ ਨਿਕਲ ਜਾਂਦੀ ਹੈ ਤਾਂ ਉਹ ਜਿਨ੍ਹਾਂ ਤੱਤਾਂ ਦਾ ਬਣਿਆ ਹੁੰਦਾ ਹੈ ਉਹਨਾਂ ਵਿੱਚ ਮੁੜ ਤਬਦੀਲ ਹੋਣ ਯੋਗਾ ਹੀ ਰਹਿ ਜਾਂਦਾ ਹੈ ਉਸ ਦੁਆਰਾ ਕੋਈ ਚੀਜ਼ ਖਾਣ ਪੀਣ ਦੀ ਗੱਲ ਕਰਨਾ ਨੀਰਾ ਅਸੰਭਵ ਹੀ ਨਹੀਂ ਸਗੋਂ ਹਾਸੋਹੀਣਾ ਵੀ ਹੈ ਤੁਸੀਂ ਉਹਨਾਂ ਤੱਕ ਕਈ ਕਿਸਮ ਦੀਆਂ ਵਸਤਾਂ ਅਤੇ ਵਸਤਰ ਆਦਿ ਪਛਾਣ ਦੀ ਗੱਲ ਕਰਦੇ ਹੋ ਪਹਿਲਾਂ ਮੈਨੂੰ ਇਹ ਤਾਂ ਦੱਸੋ ਕੀ ਉਹ ਕਿਹੜੇ ਮੰਡਲ ਵਿੱਚ ਰਹਿੰਦੇ ਹਨ ਕਿ ਉਹ ਮਰਨ ਲੱਗੇ ਤੁਹਾਨੂੰ ਆਪਣਾ ਸਿਰ ਨਾਮਾ ਦੇ ਕੇ ਗਏ ਹਨ ਜੇ ਤੁਸੀਂ ਐਨੇ ਹੀ ਜਾਣੀ ਜਾਣ ਹੋ ਤਾਂ ਹੁਣ ਮੈਨੂੰ ਦੱਸੋ ਕਿ ਮੇਰੀ ਪਹਿਲੀ ਪੀੜੀ ਦੇ ਪਿੱਤਰ ਕਿੱਥੇ ਹਨ ਤੁਹਾਨੂੰ ਉਨ੍ਹਾਂ ਬਾਰੇ ਰਤਾ ਵੀ ਪਤਾ ਨਹੀਂ ਬ੍ਰਹਿਮੰਡ ਵਿੱਚ ਤਿੰਨ ਮੰਡਲ ਜਾਂ ਕੋਈ ਗਿਣਤੀ ਦੇ ਮੰਡਲ ਨਹੀਂ ਹਨ ਉੱਥੇ ਤਾਂ ਲੱਖਾਂ ਕਰੋੜਾਂ ਹੀ ਆਕਾਸ਼ ਤੇ ਪਤਾਲ ਹਨ ਜਿਨ੍ਹਾਂ ਦੀ ਗਿਣਤੀ ਕਰਨੀ ਵੀ ਸੰਭਵ ਨਹੀਂ ਹੈ ਇਸ ਲਈ ਅੱਗੇ ਆਪਣੀ ਮੌਤ ਨੂੰ ਯਾਦ ਰੱਖੋ ਇੱਕ ਦਿਨ ਤੁਸੀਂ ਵੀ ਮਰ ਜਾਣਾ ਹੈ ਲੋਕਾਂ ਨਾਲ ਠੱਗੀ ਮਾਰਨੀ ਬੰਦ ਕਰੋ ਅਤੇ ਸੱਚੀ ਸੁੱਚੀ ਕੀਰਤ ਕਰੋ ਉਸ ਅਕਾਲ ਪੁਰਖ ਦੀ ਕੀਰਤੀ ਕਰੋ ਇਸ ਤਰ੍ਹਾਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਕਿਸੇ ਲੋੜਵੰਦੀ ਸਹਾਇਤਾ ਕਰੋ ਤਾਂ ਹੀ ਤੁਹਾਡਾ ਮਰਨਾ ਸਫਲ ਹੋਵੇਗਾ ਅਤੇ ਤੁਹਾਨੂੰ ਫਿਰ ਕਿਸੇ ਚੀਜ਼ ਦੀ ਤ੍ਰਿਸ਼ਨਾ ਭੁੱਖ ਨਹੀਂ ਰਹੇਗੀ ਗੁਰੂ ਜੀ ਦੀਆਂ ਗੱਲਾਂ ਸੁਣ ਕੇ ਬ੍ਰਾਹਮਣਾਂ ਦਾ ਪਾਜ ਖੁੱਲ ਗਿਆ ਅਤੇ ਸ਼ਰਮਸ਼ਾਰ ਵੀ ਹੋ ਗਏ ਅਤੇ ਉਹਨਾਂ ਨੇ ਗੁਰੂ ਜੀ ਨੂੰ ਵਚਨ ਦਿੱਤਾ ਕਿ ਉਹ ਅੱਗੇ ਤੋਂ ਇਸ ਝੂਠ ਫਰੇਬ ਦੀ ਜ਼ਿੰਦਗੀ ਤੋਂ ਤੋਬਾ ਕਰਨਗੇ